ਖੁਦ ਕਿਸਾਨੋ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਕਿ ਕਿਸਾਨ ਵਿਲੜ ਨੇ ਮੈਂ ਉਸ ਗੱਲੋਂ ਮਾਫੀ ਮੰਗਦਾ ਮੀਡੀਆ ਤੋਂ ਨਹੀਂ ਕਿਸਾਨਾਂ ਤੋਂ ਮਾਫੀ ਮੰਗਦੇ ਹੋ ਕੀ ਹੁਣ ਇਹੋ ਜੀ ਗਲਤੀ ਦੁਬਾਰਾ ਤਾਂ ਨਹੀਂ ਹੁੰਦੀ ਨਾ ਜੀ ਨਾ ਕਦੇ ਨਹੀਂ ਹੁੰਦੀ ਜਿਹੜਾ ਆਰਡੀਨੈਂਸ ਸਾਡਾ ਮੋਦੀ ਸਾਹਿਬ ਲੈ ਕੇ ਆਏ ਬਿਲਕੁਲ ਸਹੀ ਤੇ ਦਰੁਸਤ ਹੈ ਬਿਲ ਵਾਪਸ ਹੋ ਸਕਦੇ ਆ ਜਿਹੜਾ ਕਾਨੂੰਨ ਬਣ ਜਾਵੇ ਉਹ ਵਾਪਸ ਨਹੀਂ ਹੁੰਦਾ ਜਿਹੜੇ ਇੱਕ ਵਾਰ ਬਣ ਜਾਂਦੇ ਨੇ ਉਹ ਵਾਪਸ ਨਹੀਂ ਹੁੰਦੇ ਨਹੀਂ ਹੁੰਦੇ ਬਿਲਕੁਲ ਨਹੀਂ ਹੁੰਦੇ ਕਿਸਾਨ ਤਾਂ ਇਸ ਗਲਤੀ ਅਡੇ ਹੋਏ ਨੇ ਕਿ ਬਿੱਲ ਵਾਪਸ ਤੋਂ ਥੱਲੇ ਕੋਈ ਗੱਲ ਹੀ ਉਹ ਕਾਂਗਰਸੀ ਨੇ ਜਿਹੜੇ ਧਰਨੇ 'ਤੇ ਬੈਠੇ ਨੇ ਕਾਂਗਰਸੀ ਨੇ ਸਰ 100% ਕਾਂਗਰਸੀ ਨੇ ਕਿਸਾਨ ਦੁਖੀ ਆ ਫਿਰ ਦੁਖੀ ਬੰਦੀ ਬੈਠੇ ਨੇ ਨਾ ਇੱਕ ਸਪਸ਼ਟ ਕਰੋ 30 ਲੀਡਰਾਂ ਦੇ ਅੰਦਰ ਵੀ ਕੋਈ ਕਾਂਗਰਸੀ ਹੈ ਬਿਲਕੁਲ ਕਾਂਗਰਸੀ ਹੈ ਜੇ ਤਾਣੀ ਉਲਝੀ ਰਹੀ ਤੁਹਾਡੀ ਗੱਲ ਤਾਂ ਨਹੀਂ ਬਣਨੀ 2022 ਚ ਸਾਡੀ ਗੱਲ ਬਣੇਗੀ 117 ਤੇ ਲੜੋਂ ਬਿਲਕੁਲ 117 ਤੇ ਕਾਰ ਬਣ ਰਹੀ ਹੈ ਤੁਹਾਡੀ ਬਿਲਕੁਲ ਬਣ ਰਹੀ ਕੋਈ ਸ਼ੱਕ ਧਰਨਿਆਂ ਤੇ ਬੈਠੇ ਕਿਸਾਨ ਵਿਹਲੜ ਨੇ ਇਹ ਬਿਆਨ ਕਿਸੇ ਹੋਰ ਨੇ ਨਹੀਂ ਦਿੱਤਾ ਭਾਜਪੀ ਦੇ ਕਿਸਾਨ ਲੀਡਰ ਨੇ ਦਿੱਤਾ ਖੁਦ ਕਿਸਾਨ ਨੇ ਕੁਲਦੀਪ ਸਿੰਘ ਭੰਗੇਵਾਲਾ ਕੁਲਦੀਪ ਸਿੰਘ ਭੰਗੇਵਾਲਾ ਸਾਡੇ ਨਾਲ ਨੇ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿ ਕਿਸਾਨ ਵਿਹਲੜ ਨੇ ਗੱਲਬਾਤ ਕਰਦੇ ਆ ਤੁਸੀਂ ਖੁਦ ਕਿਸਾਨ ਨੂੰ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਕਿ ਕਿਸਾਨ ਵੀਰੜ ਨੇ ਸਭ ਤੋਂ ਪਹਿਲਾਂ ਤਾਂ ਜਦਵਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਸਾਨੂੰ ਸਮਾਂ ਦਿੱਤਾ ਜਿਹੜੇ ਤੱਕਰ ਬਿਆਨ ਦੀ ਗੱਲ ਹੈ ਮੈਂ ਪਹਿਲਾਂ ਵੀ ਮੀਡੀਆ ਦੇ ਵਿੱਚ ਗੱਲ ਕਹੀ ਹੈ ਤੇ ਤੁਹਾਡੇ ਮਾਧਿਅਮ ਦੇ ਨਾਲ ਵੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਬਿਆਨ ਜਿਹੜਾ ਮੈਂ ਦਿੱਤਾ ਉਹ ਬਿਆਨ ਨੂੰ ਤੇ ਉਹਦੀ ਹੈਡਿੰਗ ਨੂੰ ਪੜ ਲਿਆ ਜਾਵੇ ਬਿਆਨ ਜਿਹੜਾ ਉਹ ਉਹ ਮੇਰਾ ਬਿਲਕੁਲ ਸਹੀ ਤੇ ਦਰੁਸਤ ਸੀਗਾ ਸਾਰਥਿਕ ਮੁੱਦਿਆਂ ਦੀ ਗੱਲ ਕੀਤੀ ਸੀ ਆਰਡੀਨੈਂਸ ਨੂੰ ਲੈ ਕੇ ਗੱਲ ਕੀਤੀ ਸੀ ਬੈਠਣ ਦੀ ਗੱਲ ਕੀਤੀ ਸੀ ਜਿਹੜਾ ਉੱਤੇ ਵੇਲੜ ਲਿਖਤਾ ਉਸ ਗੱਲ ਨਾਲ ਮੇਰਾ ਵੀ ਦਿਲ ਹਾਰਟ ਹੋਇਆ ਉਹ ਮਿਸਪ੍ਰਿੰਟਿੰਗ ਹੋਈ ਹੈ ਪੰਜਾਬੀ ਦੇ ਅਖਬਾਰ ਤੋਂ ਮੈਂ ਉਸ ਗੱਲੋਂ ਮਾਫੀ ਮੰਗਦਾ ਦੁਬਾਰਾ ਫੇਰ ਅਖਬਾਰ ਨੇ ਤਾਂ ਨਹੀਂ ਲਿਖਿਆ ਅਖਬਾਰ ਤਾਂ ਲਿਖ ਸਕਦਾਗਾ ਅਖਬਾਰ ਕਹੇ ਕਿ ਹਾਂ ਅਖਬਾਰ ਨੇ ਤਾਂ ਨਹੀਂ ਕਿਹਾ ਐ ਅਖਬਾਰ ਨੇ ਮੈਂ ਕਹਿਣਾ ਅਖਬਾਰ ਛਪਾ ਸਕਦੇ ਹੂ ਬਿਲਕੁਲ ਛਪਾ ਸਕਦਾ ਵਾਰਜਾ ਛਪਾਓ ਜੇ ਤੁਹਾਨੂੰ ਲੱਗਦਾਗਾ ਕਿ ਅਖਬਾਰ ਨੇ ਗਲ ਛਪਿਆ ਹਾਂ ਅਖਬਾਰ ਨੇ ਗਲ ਅਸੀਂ ਮੀਡੀਆ ਸਾਡੇ ਤੋਂ ਕੋਈ ਗਲ ਛਪੂਆ ਅਸੀਂ ਕਹਾਂਗੇ ਨਾ ਸਾਡੋ ਗਲ ਛਪ ਗਿਆ ਬਿਲਕੁਲ ਸ਼ੁਭਾ ਸਕਦਾ ਮੈਂ ਬਿਲਕੁਲ ਸ਼ੁਭਾਦਾ ਮੈਂ ਮੈਂ ਰਣਜੀਤ ਸਿੰਘ ਢੱਲੋਂ ਸਾਹਿਬ ਤੱਕ ਕਿਉਂ ਨਹੀਂ ਹੁਣ ਤੱਕ ਕਿਉਂ ਨਹੀਂ ਹੁਣ ਤੱਕ ਕਿਉਂ ਨਹੀਂ ਆਇਆ ਹੋਇਆ ਬੇਨਤੀ ਕੀਤੀ ਮੈਂ ਦੂਸਰ ਇਲੈਕਟ੍ਰੋਨਿਕ ਮੀਡੀਆ ਤੇ ਆ ਕੇ ਆਪ ਮਾਫੀ ਮੰਗ ਲਈ ਇਸ ਗੱਲ ਦੀ ਮੈਂ ਇਹ ਬਿਆਨ ਨਹੀਂ ਦਿੰਦਾ ਨਾ ਮੇਰੇ ਮਨ ਨੂੰ ਇਹ ਮੇਰੀ ਮਨਸ਼ਾ ਸੀ ਇਦਾਂ ਦੇ ਵਿਲੜ ਕਹਿਣ ਦੀ ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਗਾਲੀ ਇਸ ਕਾਨਫਰੰਸ 'ਚ ਬੈਠੇ ਲੋਕ ਦੱਸ ਨਹੀਂ ਨਹੀਂ ਬਿਲਕੁਲ ਨਹੀਂ ਕਹੀ ਮੈਂ ਬਿਲਕੁਲ ਮੇਰੀ ਖਬਰ ਪੜੋ ਖਬਰ ਦੇ ਵਿੱਚ ਕੀ ਲਿਖਿਆ ਖਬਰ ਦੇ ਵਿੱਚ ਵਿਹਲੜ ਵਾਲਾ ਸ਼ਬਦ ਕਿਤੇ ਨਹੀਂ ਲਿਖਿਆ ਉੱਪਰ ਵਿਹਲੜ ਲਿਖਿਆ ਗਿਆ ਉਹ ਮੈਂ ਕਹਣਾ ਉਸ ਗੱਲ ਦੀ ਗਲਤੀ ਹੋਈ ਹੈ ਪੱਤਰਕਾਰ ਤੋਂ ਵੀ ਹੋਈ ਹੈ ਸਾਡੇ ਮੇਰਾ ਵੀਰ ਆ ਉਹ ਵੀ ਤੇ ਮੇਰੇ ਤੋਂ ਵੀ ਇਸ ਗੱਲ ਦੀ ਹੋਈ ਹੈ ਮੈਂ ਇਸ ਗੱਲ ਦੀ ਮਾਫੀ ਮੈਂ ਆਪਣੇ ਆਪ ਮੰਗਦਾ ਮੈਂ ਕਿਸਾਨ ਹਾਂ ਉਹਨਾਂ ਤੋਂ ਮਾਫੀ ਮੰਗਦੇ ਹੋਗੇ ਕਸਰ ਨਹੀਂ ਮੀਡੀਆ ਤੋਂ ਨਹੀਂ ਕਿਸਾਨਾਂ ਤੋਂ ਮਾਫੀ ਮੰਗਦੇ ਹੋ ਮੈਂ ਕਿਸਾਨ ਹਾਂ ਮੈਂ ਕਿਸਾਨ ਹੋਣ ਦੇ ਨਾਤੇ ਕਿਸਾਨ ਵੀਰਾਂ ਤੋਂ ਆਪਣੇ ਮਤਲਬ ਮੇਰੇ ਪਿਓ ਦਾਦੇ ਨੇ ਮੇਰੇ ਸਾਰਾ ਕਿਸਾਨ ਮੈਂ ਕਿਸਾਨੀ ਨਾਲ ਸੰਬੰਧਤ ਹਾਂ ਮੈਂ ਕਿਸਾਨਾਂ ਤੋਂ ਮਾਫੀ ਮੰਗਣ ਚ ਮੇਰੇ ਕੋਈ ਹਰ ਜੀ ਕੀ ਹੁਣ ਇਹੋ ਜੀ ਗਲਤੀ ਦੁਆਰਾ ਤਾਂ ਨਹੀਂ ਹੁੰਦੀ ਨਾ ਜੀ ਨਾ ਕਦੇ ਨਹੀਂ ਹੁੰਦੀ ਕਦੇ ਨਾ ਕਦੇ ਕੀਤੀ ਐ ਨਾ ਹੋਣੀ ਐ ਨਾ ਮੇਰੀ ਮਨਸ਼ਾ ਸੀ ਪਹਿਲਾਂ ਕੋਈ ਇਹ ਗਲਤੀ ਕਰਨ ਦੀ ਪਰ ਮਨਸ਼ਾ ਸੀ ਫਿਰ ਇਸ ਤਰ੍ਹਾਂ ਦਾ ਬਿਆਨ ਜਦੋਂ ਛਪ ਰਿਹਾ ਸੀਗਾ ਤੁਹਾਨੂੰ ਸਵਿਰੀ ਪਤਾ ਲੱਗਿਆ ਉੱਠ ਕੇ ਕਿ ਇਸ ਤਰ੍ਹਾਂ ਦਾ ਬਿਆਨ ਛਪ ਗਿਆ ਮੈਂ ਸਿਰਫ ਉਸ ਬਿਆਨ ਦੇ ਵਿੱਚ ਇਹ ਗੱਲ ਲਿਖੀ ਐ ਮੈਂ ਜਿਹੜਾ ਲਿਖ ਕੇ ਵਟਸਐਪ ਕਰਿਆ ਅਨਜੀਤ ਸਿੰਘ ਢਿੱਲੋਂ ਸਾਹਿਬ ਨੂੰ ਮੈਂ ਇਹ ਗੱਲ ਕਹੀ ਐ ਕਿ ਜਿਹੜੇ ਧਰਨਿਆਂ ਦੇ ਲੋਕ ਜਿਹੜੇ ਧਰਨੇ ਦੇ ਵਿੱਚ ਬੈਠੇ ਨੇ ਉਹਨਾਂ ਦੇ ਵਿੱਚ 100% ਕਾਂਗਰਸ ਰਾਜਨੀਤੀ ਕਰ ਰਹੀ ਐ ਕਿਸਾਨਾਂ ਦੀ ਆੜ ਦੇ ਵਿੱਚ ਕਾਂਗਰਸ ਮੌਜੂਦਾ ਸਰਕਾਰ ਕਪਟਨ ਅਮੰਦਰ ਸਿੰਘ ਦੀ ਸਰਕਾਰ ਰਾਜਨੀਤੀ ਕਰ ਰਹੀ ਹੈ ਸਾਰੀਆਂ ਪਾਰਟੀਆਂ ਮਿਲ ਜੁਲ ਕੇ ਭਾਜਪਾ ਨੂੰ ਬਦਨਾਮ ਕਰ ਰਹੀਆਂ ਜਿਹੜਾ ਆਰਡੀਨੈਂਸ ਸਾਡਾ ਮੋਦੀ ਸਾਹਿਬ ਲੈ ਕੇ ਆਏ ਬਿਲਕੁਲ ਸਹੀ ਤੇ درست ਆ ਜੇ ਉਹ ਚ ਕੋਈ ਸ਼ੰਕਾ ਤਾਂ ਟੇਬਲ ਟਾਕ ਕਰ ਲੈਣੀ ਚਾਹੀਦੀ ਹੈ ਬੈਠ ਲੈਣਾ ਚਾਹੀਦਾ ਜੇ ਕਿਸਾਨ ਵੀਰਾਂ ਨੂੰ ਕੋਈ ਲੱਗਦਾ ਮੰਨ ਲਓ ਮੈਂ ਕੋਈ ਚੀਜ਼ ਤੁਹਾਡੇ ਵਿੱਚਣ ਵਾਸਤੇ ਤੁਹਾਡੇ ਦਰ ਤੇ ਆਇਆ ਤੁਹਾਨੂੰ ਉਹ ਚੀਜ਼ ਪਸੰਦ ਨਹੀਂ ਤਾਂ ਮੈਨੂੰ ਤਸੱਲੀ ਕਰਾਉਣੀ ਪਵੇਗੀ ਵੀ ਇਹ ਬਿਲਕੁਲ ਠੀਕ ਆ ਤੇ ਜਾਂ ਇਹ ਗਲਤ ਆ ਤਾਂ ਉਹ تسلی کروان ਵਾਸਤੇ ਮੈਂ ਬੇਨਤੀ ਹਾਈ ਕਮਾਂਡ ਨੂੰ ਵੀ ਕੀਤੀ ਆ ਸਾਡੇ ਜੀ ਹੁਣ ਜਿਵੇਂ ਜੀ ਪੁੱਛੀਏ ਜੇ ਕਈ ਇੱਕ ਕੀ ਆਉਣ ਵਾਲੇ ਦਿਨਾਂ ਤੇ ਸੀ ਇਹ ਬਿਆਨ ਦੇਖੀਏ ਤੁਹਾਡਾ ਜਾਂ ਅਖਬਾਰ ਦੇ ਅੰਦਰ ਇਹ ਗੱਲ ਛਪੀ ਹੋਈ ਦੇਖੀਏ ਕਿ ਅਖਬਾਰ ਨੇ ਗਲਤ ਛਾਪਿਆ ਬਿਲਕੁਲ ਮੈਂ ਆਪਣੇ ਵੱਲੋਂ ਬਿਆਨ ਦੁਬਾਰਾ ਵੀ ਦੇ ਸਕਦਾ ਮੈਂ ਬਿਆਨ ਨਹੀਂ ਤੁਸੀਂ ਕਹਿੰਦੇ ਅਖਬਾਰ ਨੇ ਗਲਤ ਛਾਪਿਆ ਅਖਬਾਰ ਨੇ ਗਲਤ ਛਾਪਿਆ ਬਿਲਕੁਲ ਬਿਲਕੁਲ ਮੇਰਾ ਅਖਬਾਰ ਨੇ ਗਲਤ ਛਾਪਿਆ ਬਿਲਕੁਲ ਛਾਪਿਆ ਬਿਲਕੁਲ ਸ਼ਬ ਕੀ ਖਬਰ ਦੁਬਾਰਾ ਛਾਪੂਗਾ ਫਿਰ ਤੁਸੀਂ ਤੁਸੀਂ ਤਾਂ ਕਹਿ ਸਕਦੇ ਈ ਤੁਹਾਡੀ ਏਡੀ ਬਡੀ ਬਦਨਾਮੀ ਹੋਈ ਐ ਕਹਿ ਦਿੰਦਾ ਉਹਨਾਂ ਨੂੰ ਕਹਿ ਦਿੰਦਾ ਉਹਨਾਂ ਨੇ ਹਜੇ ਤੱਕ ਛਾਪਿਆ ਨਹੀਂ ਮੈਂ ਉਹਨਾਂ ਨੂੰ ਬੇਨਤੀ ਦਉ ਉਹਨੇ ਦੱਸੋ ਕਿ ਕਿਸਾਨ ਬਿਲ ਮੀਟਿੰਗ ਹੋਣ ਜਾ ਰਹੀ ਐ ਬਿਲ ਵਾਪਸ ਹੋ ਸਕਦਾ ਦੇਖੋ ਬੈਲ ਜਿਸ ਤੱਕ ਮੇਰਾ ਮੰਨਣਾ ਬੈਲ ਵਾਪਸ ਹੋਣ ਦੀ ਗੱਲ ਨਹੀਂ ਹੈ ਸ਼ੰਕੇ ਦੂਰ ਕਰਨ ਦੀ ਗੱਲ ਆ ਬੈਲ ਵਾਪਸ ਜਿਹੜਾ ਕਾਨੂੰਨ ਬਣ ਜਾਵੇ ਉਹ ਵਾਪਸ ਨਹੀਂ ਹੋਣਾ ਦਾ ਐਮੈਂਡਮੈਂਟ ਸਾਡਾ ਲਚਕਦਾਰ ਜਿਹੜਾ ਸੰਵਿਧਾਨ ਆ ਉਹਦੇ ਹੋ ਜਾਣਾ ਐਮੈਂਡਮੈਂਟ ਉਹ ਚ ਹੋ ਜਾਣੀ ਜਿਹੜੀ ਕਿਸਾਨਾਂ ਦੀ ਤਸੱਲੀ ਹੋਣੀ ਚਾਹੀਦੀ ਹੈ ਟੇਬਲ ਟॉक ਹੋਣੀ ਚਾਹੀਦੀ ਹੈ ਜਿਵੇਂ 31 29 ਕਿਸਾਨਾਂ ਦੇ ਇੱਥੇ ਬੰਦੀਆਂ ਨੂੰ ਕੱਲ ਲੈਟਰ ਵੀ ਆ ਗਿਆ ਮੀਡੀਆ ਦੇ ਵਿੱਚ ਪਹਿਲਾਂ ਖਬਰ ਆ ਰਹੀ ਸੀ ਕਿ ਏ ਐਵੇਂ ਗੱਲਾਂ ਕਰਦ ਨੇ ਸਰਜੀਤ ਕੁਮਾਰ ਜੈਣੀ ਜੀ ਤੇ ਘਰੇਵਾਲ ਜੀ ਐਵੇਂ ਕਹਿੰਦੇ ਨਹੀਂ ਕਮੇਟੀ ਸਾਡੀ ਜਾ ਕੇ ਹੀ ਰਾਣਾ ਸਿੰਘ ਕੋਲ ਜਾ ਕੇ ਆਈ ਉਹ ਦੇਸ਼ ਦੇ ਰੱਖਿਆ ਮੰਤਰੀ ਨੇ ਬੜੇ ਵੱਡੇ ਲੀਡਰ ਨੇ ਕਿਸਾਨ ਆਗੂ ਵੀ ਨਹੀਂ ਉਹ ਮੈਂ ਕਹਣਾ ਦੇਸ਼ ਦੇ ਬਹੁਤ ਵੱਡੇ ਕਿਸਾਨਾਂ ਕੋਲ ਨੇ ਰਾਣਾ ਸਿੰਘ ਜਿਹਨਾਂ ਨਾਲ ਮੀਟਿੰਗ ਕੀਤੀ ਐ ਤੁਮਰ ਸਾਹਿਬ ਨਾਲ ਮੀਟਿੰਗ ਤੁਸੀਂ ਕਹਿੰਦੇ ਬਿੱਲ ਵਾਪਸ ਨਹੀਂ ਹੋਣਗੇ ਨਹੀਂ ਬਿੱਲ ਵਾਪਸ ਹੋਣ ਦੀ ਗੱਲ ਮੇਰੀ ਔਕਾਤ ਨਹੀਂ ਮੈਂ ਬਿੱਲ ਵਾਪਸ ਹੋਣ ਦੀ ਗੱਲ ਕਰਦੇ ਆ ਇਹ ਪਾਰਟੀ ਦੀ ਮਰਜ਼ੀ ਆ ਸੈਂਟਰ ਗਵਰਨਮੈਂਟ ਦੀ ਮਰਜ਼ੀ ਆ ਉੱਥੇ ਬੈਠ ਕੇ ਜਦੋਂ ਕਿਸਾਨ ਉਹਨਾਂ ਨਾਲ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਅਮੈਂਡਮੈਂਟ ਹੋ ਸਕਦੀ ਐ ਅਮੈਂਡਮੈਂਟ ਹੋ ਸਕਦੀ ਐ ਸਾਰ ਬਸ ਨਹੀਂ ਹੋ ਸਕਦੇ ਸ਼ੰਕੇ ਦੂਰ ਸ਼ੰਕੇ ਦੂਰ ਹੋ ਸਕਦੇ ਤੁਸੀਂ ਸ਼ੰਕੇ ਦੂਰ ਹੋ ਸਕਦੇ ਨੇ ਸਾਰਥਕ ਨਤੀਜੇ ਜਿਹੜੇ ਆਉਣ ਦੀ ਜਿਹੜੇ ਇੱਕ ਵਾਰ ਬਣ ਜਾਂਦੇ ਨੇ ਉਹ ਵਾਪਸ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਹੁੰ ਉਹ ਸਾਰਥਕ ਨਤੀਜੇ ਜਿਹੜੇ ਉਸ ਕਿਸਾਨ ਤਾਂ ਇਸ ਗੱਲ ਤੇ ਅੜੇ ਹੋਏ ਨੇ ਕਿ ਬਿੱਲ ਵਾਪਸ ਤੋਂ ਥੱਲੇ ਕੋਈ ਗੱਲ ਹੀ ਨਹੀਂ। ਹਾਂ ਨਹੀਂ ਇਸ ਗੱਲ ਤੇ ਅੜੇ ਹੋਏ। ਕਿਸਾਨ ਬਿਲਕੁਲ ਨਹੀਂ ਅੜੇ ਹੋਏ। ਉਹਨਾਂ ਦੇ ਪਿੱਛੇ ਰਾਜਨੀਤੀ ਕਰਨ ਵਾਲੇ ਲੋਕ ਇਦਾਂ ਦੇ ਬਿਆਨ ਦਵਾ ਰਹੇ ਨੇ ਜਾਂ ਦੇ ਰਹੇ ਨੇ। ਕਿਸਾਨ ਨਹੀਂ ਇਦਾਂ ਦੀ ਗੱਲ ਕਰ। ਕੋਈ ਕੌਣ ਨੇ ਲੋਕ? ਉਹ ਕਾਂਗਰਸੀ ਨੇ। ਤੁਹਾਨੂੰ ਦੇਖ ਰਹੇ ਹੋ 4 ਸਾਲ ਦੀਆਂ ਨਕਾਮੀਆਂ। ਕਾਂਗਰਸ ਗਵਰਨਮੈਂਟ ਨੇ ਇੱਕ ਵੀ ਵਾਦਾ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ। ਜਿਹੜੇ ਬੇਰੋਜ਼ਗਾਰੀ ਦੀ ਗੱਲ ਕੀਤੀ ਉਹ ਕਰੀ। ਕਿਸਾਨ ਕਰਜ਼ੇ ਦੀ ਮਾਫੀ ਦੀ ਗੱਲ ਕਰ ਕਰੀ। ਬੇਰੋਜ਼ਗਾਰਾਂ ਨੂੰ ਨੌਕਰੀ ਦਿੱਤੀ। ਮੋਬਾਈਲ ਦੀ ਗ 100% ਕਾਂਗਰਸੀ ਨੇ ਪਰ ਕਿਸਾਨ ਦੁਖੀ ਹੈ ਕਿਸਾਨ ਜਿਹੜੀਆਂ ਕਿਸਾਨ ਜਥੇਬੰਦੀਆਂ ਇੰਨੇ ਨੇ ਧਰਨੇ ਤੇ ਬੈਠੀਆਂ ਨੇ ਉਹ ਕਾਂਗਰਸੀ ਨੇ ਨਹੀਂ ਜਿਹੜੇ ਕਿਸਾਨ ਜਥੇਬੰਦੀਆਂ ਬੈਠੀਆਂ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਕਿਸਾਨ ਨੇ ਸਾਡੇ ਉਹ ਦੇਸ਼ ਦਾ ਆਨਦਾਤਾ ਨੇ ਮੈਂ ਕਹਿੰਦਾ ਫਿਰ ਦੁਖੀ ਬੰਦੀ ਬੈਠੇ ਨੇ ਨਾ ਫਿਰ ਤੁਸੀਂ ਕਹਿੰਦੇ ਕਾਂਗਰਸ ਕਰਾ ਰਹੀ ਸਾਰਾ ਕੁਝ ਦਾ ਮਤਲਬ ਬਿਲਕੁਲ ਕਾਂਗਰਸ ਕਰਾ ਰਹੀ ਮੈਂ ਕਾਂਗਰਸ ਦੀ ਗੱਲ ਉਹਨਾਂ ਨੂੰ ਕਾਂਗਰਸ ਨੇ ਬਿਠਾਇਆ ਨਹੀਂ ਉਹਨਾਂ ਨੂੰ ਕਾਂਗਰਸ ਨੇ ਨਹੀਂ ਬਿਠਾਇਆ ਉਹ ਕਿਸਾਨ ਬੈਠੇ ਨੇ ਪਰ ਪਿੱਛੇ ਜਿਹੜੀ ਰਾਜਨੀਤੀ ਚਲਾ ਰਹੇ ਨੇ ਜਿਹੜੀ ਰਾਜਨੀਤੀ ਕੌਣ ਚਲਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਨਹੀਂ ਨਹੀਂ ਕਿ ਕੈਪਟਨ ਉਹਨਾਂ ਨੂੰ ਚਲਾ ਰਹੇ ਨੇ ਪਰਨੇ ਵਾਲਿਆਂ ਨੂੰ ਨਹੀਂ ਕੈਪਟਨ ਪਰਨੇ ਵਾਲਿਆਂ ਨੇ ਚਲਾ ਰਹੇ ਕੈਪਟਨ 30 ਜੱਥੇਬੰਦੀਆਂ ਨੂੰ ਕੌਣ ਚਲਾ ਰਿਹਾ 30 ਜੱਥੇਬੰਦੀਆਂ ਨੂੰ ਜੱਥੇਬੰਦੀਆਂ ਮੈਂ ਕਹਣਾ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਸਾਰਾ ਕੁਝ ਕਾਂਗਰਸ ਕਰ ਰਹੀ ਹੈ ਮੈਂ ਤੁਹਾਡੇ ਤੋਂ ਪੁੱਛਦਾ 30 ਜੱਥੇਬੰਦੀਆਂ ਕਰ ਰਹੇ ਨੇ ਪ੍ਰਮਾਤਮਾ ਦਾ ਮੈਂ ਕਹਣਾ ਸ਼ੁਕਰ ਹੈ ਜੇ ਸਾਡੇ ਦੇਸ਼ ਦੇ ਕਿਸਾਨ ਜਾਂ ਸਾਡੇ ਪੰਜਾਬ ਦੇ ਕਿਸਾਨ ਇੱਕ ਹੋਏ ਨਹੀਂ ਮੈਂ ਨਹੀਂ ਮੈਂ ਇਹ ਕਹਿ ਰਿਹਾ 30 ਜਥੇਬੰਦੀਆਂ ਨੂੰ ਜਿਹੜੀਆਂ ਚਲਾ ਰਹੇ ਆ ਉਹ ਕਿਸਾਨ ਆਗੂ ਚਲਾ ਰਹੇ ਨੇ ਕਿਸਾਨ ਚਲਾ ਰਹੇ ਨੇ ਪਰ ਕਿਹਨਾਂ ਨੂੰ ਚਲਾ ਰਹੇ ਨੇ ਜਿਹੜੇ ਉਹਨਾਂ ਦੇ ਵਿੱਚ ਸ਼ਰਾਰਤੀ ਅੰਸਰ ਵਿੱਚ ਵੜੇ ਹੋਏ ਨੇ ਕੌਣ ਨਹੀਂ ਸ਼ਰਾਰਤੀ ਅੰਸਰ ਜਿਹੜੇ ਕੈਪਟਨ ਅਮਿੰਦਰ ਸਿੰਘ ਦੇ ਹੱਥਾਂ 'ਚ ਵਿਕੇ ਹੋਏ ਨੇ ਲੋਕ ਜਿਹੜੇ ਉਹਨਾਂ ਦੀ ਸੰਤੰਤਰ ਰੱਤ ਰਹੇ ਨੇ ਜਿਹੜੀ 30 ਜਥੇਬੰਦੀਆਂ ਦੇ ਵਿੱਚ ਨੇ ਉਹ ਵਿੱਚ ਲੜੇ ਹੋਏ ਨੇ ਆਕੇ ਲੜੇ ਹੋਏ ਨੇ ਉਹਨਾਂ ਦੇ ਵਿੱਚ ਜਿਸ ਕਿਸਾਨ ਇਦਾਂ ਦੀ ਗੱਲ ਕਦੇ ਨਹੀਂ ਕਰਦਾ ਕਿਸਾਨ ਕਦੇ ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕਰਦਾ 30 ਜਥੇਬੰਦੀਆਂ ਦੇ ਅੰਦਰ 30 ਜਥੇਬੰਦੀਆਂ ਦੇ ਅੰਦਰ ਸ਼ਰਾਰਤੀ ਨੇ ਜੋ ਕੈਪਟਨ ਨੇ ਵੜੇ ਹੋਏ ਨੇ ਅਸ਼ਵਨੀ ਸ਼ਰਮਾ ਜ ਧਰਨ ਸਾਹਿਬ ਦੇ ਜਿਹੜਾ ਹਮਲਾ ਹੋਇਆ ਉਹ ਕਿਸਾਨਾਂ ਨੇ ਨਹੀਂ ਕੀਤਾ ਉਹ ਕਾਂਗਰਸੀ ਵਿੱਚ ਕੁਸੇ ਹੋਏ ਸੀ ਉਹਨਾਂ ਦੇ ਯੂਥ ਦੇ ਆਗੂ ਵਿੱਚ ਖੜੇ ਰਵਨੀਤ ਬਿੱਟੂ ਨੇ ਆਜ ਇੱਕ ਸਿੱਕਾ ਇੱਕ ਸਪਸ਼ਟ ਕਰੋ 30 ਲੀਡਰਾਂ ਦੇ ਅੰਦਰ ਵੀ ਕੋਈ ਕਾਂਗਰਸੀ ਹੈ ਬਿਲਕੁਲ ਕਾਂਗਰਸੀ ਹੈ ਜਿਹੜੇ 30 ਕਿਸਾਨ ਜਥੇਬੰਦੀਆਂ ਉਹਨਾਂ ਚ ਕਾਂਗਰਸੀ ਨੇ ਉਹਨਾਂ ਦੇ ਵਿੱਚ ਉਹ ਕਾਂਗਰਸੀ ਨਹੀਂ ਉਹਨਾਂ ਦੇ ਵਿੱਚ ਰਲੇ ਹੋਏ ਕਿਸਾਨ ਨੇ ਜਿਹੜੇ ਕਿਸਾਨ ਉਹਨਾਂ ਦੀ ਆੜ ਦੇ ਵਿੱਚ ਕਾਂਗਰਸੀ ਇਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਤਾਂ ਕੀ ਲੱਗਦਾ ਹੁਣ ਮਸਲਾ ਹੱਲ ਹੋਊਗਾ ਕਿ ਤਾਣੀ ਉਲਝੇ ਰਹੋ ਜੇ ਤਾਣੀ ਉਲਝੇ ਰਹੀ ਤੁਹਾਡੀ ਗਲਤੀ ਨਹੀਂ ਬਣਨੀ 2022 ਚ ਸਾਡੀ ਗੱਲ ਬਣੇਗੀ ਭਾਰਤੀ ਜਨਤਾ ਪਾਰਟੀ ਬਿਹਾਰ ਦਾ ਸਮੀਕਰਨ ਤੁਸੀਂ ਦੇਖ ਲਓ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਕਾਂਗਰਸੀ ਦੌੜਕੜੇ ਮਾਰਦੇ ਰਹੇ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਉਹਨਾਂ ਨੇ ਤਿੱਸਵੀ ਯਾਦਵ ਜਾਂ ਲਾਲੂ ਪ੍ਰਸ਼ਾਦ ਯਾਦਵ ਦੀ ਗੱਲ ਨਹੀਂ ਕੀਤੀ ਕਾਂਗਰਸ ਜਿੱਤੇਗੀ ਗਮਾਹਾ ਗਠ ਜੋੜ ਜਿੱਤੇਗਾ ਤੇ ਕੀ ਹੋਇਆ ਤੁਹਾਡੇ ਸਾਹਮਣੇ ਨਤੀਜਾ 15 ਸਾਲ ਦਾ ਜੋ ਕਾਰਿਆਕਾਲ ਨਿਤਿਸ਼ ਕੁਮਾਰ ਦਾ ਮੋਦੀ ਸਾਹਿਬ ਦਾ ਦੇਸ਼ ਆਜ਼ਾਦ ਹੋਏ ਨੂੰ 77 ਸਾਲ ਹੋ ਗਏ ਜਦਵਿੰਦਰ ਜੀ ਸਾਡਾ ਗ੍ਰਾਫ ਚੈੱਕ ਕਰ ਲਿਆ ਜਾਵੇ ਮੋਦੀ ਸਾਹਿਬ ਦੇ 6 ਸਾਲ 6 ਸਾਲ ਵਾਜਪਾਈ ਸਾਹਿਬ ਦੇ ਇੱਕ ਪਾਸੇ ਲਿਖ ਲੈ ਜਾਣ ਤੇ ਡਵੈਲਪਮੈਂਟ ਜਿਹੜਾ ਕੰਮ ਉਹ ਜਿਹੜੇ ਮੁੱਦੇ ਆ ਨੂੰ ਛੂਆ ਗਿਆ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਉਹ ਮੋਦੀ ਸਾਹਿਬ ਨੇ ਤੇ ਉਹ ਰਵਾਜਪਾਈ ਸਾਹਿਬ ਨੇ 117 ਤੇ ਲੜੋਂਗੇ ਬਿਲਕੁਲ 117 ਤੇ ਲੜਨਗੇ ਸਰਕਾਰ ਬਣ ਰਹੀ ਹੈ ਤੁਹਾਡੀ ਬਿਲਕੁਲ ਬਣ ਰਹੀ ਹੈ ਕੋਈ ਸ਼ੱਕ ਨਹੀਂ ਹੈ ਹਾਲਾਤਾਂ ਚ ਵੀ ਬਣੇਗੀ ਸਰਕਾਰ ਹਮੇਸ਼ਾ ਵਰਤੇ ਜਾਂਦਾ ਹੈ ਕਿ ਜਿਹੜਾ ਅੱਜ ਦੇ ਟਾਈਮ ਬੀਜਪੀ ਦੇ ਨਾਲ ਉਹ ਪੋਲਿਟੀਕਲ ਸੁਸਾਈਡ ਕਰ ਰਿਹਾ ਦੇਖੋ ਕੋਈ ਬੀਜਪੀ ਦੇ ਨਾਲ ਸੁਸਾਈਡ ਨਹੀਂ ਕਰ ਰਿਹਾ ਜਿਹੜੇ ਮੈਂ ਕਹਿੰਨ ਦੇ ਟਾਈਮ ਹੀ ਕਿਹਾ ਜਾ ਰਿਹਾ ਜਦੋਂ ਇਨਾ ਮਾਹੌਲ ਐਂਟੀ ਹੈ ਜਿਹੜੇ ਲੋਕ ਮਾਹੌਲ ਐਂਟੀ ਹੈਗਾ ਜਿਹੜੇ ਸ਼ਿਪਾਰਸ਼ੀ ਜਾਂ ਜਿਹੜੇ ਨਵੇਂ ਆਏ ਚਿਹਰੇ ਸੀ ਇਸੇ ਚਮਚਿਆਂ ਦੇ ਮਗਰ ਲਾ ਕੇ ਅੱਗੇ ਆਏ ਸੀ ਉਹ ਉਹ ਜਾ ਰਹੇ ਨੇ ਉਹ ਜਾਣੇ ਚਾਹੀਦੇ ਨੇ ਕੂੜਾ ਸਾਫ ਹੋ ਰਿਹਾ ਬੀਜੇਪੀ ਦਾ ਸੰਗਠਨ ਨਾਲ ਜੁੜਿਆ ਹੋਇਆ ਵਿਅਕਤੀ ਕਦੇ ਬੀਜੇਪੀ ਨੂੰ ਛੱਡ ਕੇ ਨਹੀਂ ਜਾਂਦਾ ਇਹ ਸਨ ਕੁਲਦੀਪ ਸਿੰਘ ਭੰਗੇਵਾਲਾ ਮਾਫੀ ਮੰਗੀ ਹੈ ਇਹਨਾਂ ਨੇ ਕਹਿਣਾਗਾ ਕਿ ਮੈਂ ਮਾਫੀ ਮੰਗਦਾ ਹਾਂ ਉਸ ਬਿਆਨ ਦੇ ਲਈ ਜੀ ਵਿੱਚ ਕਿਸਾਨਾਂ ਨੂੰ ਵਹਿਲੜ ਕਿਹਾ ਸੀ ਵੱਡੀ ਗੱਲ ਇਹ ਕਹਿ ਰਹੇ ਨੇ ਬਿਲ ਵਾਪਸ ਨਹੀਂ ਹੋਣਗੇ ਬਿਲਾ ਦੇ ਅੰਦਰ ਅਮੈਂਡਮੈਂਟ ਹੋ ਸਕਦੀ ਹੈ ਉਹਨਾਂ ਦਾ ਕਹਿਣਾ ਕਿ ਕਿਸਾਨ ਅੰਦੋਲਨ ਚ ਕਾਂਗਰਸੀ ਵੀ ਬਾੜੇ ਹੋਏ ਨੇ ਕੈਮਰਾਮੈਨ ਰਵੀ ਦੇ ਨਾਲ ਯਾਦਵਿੰਦਰ ਸਿੰਘ ਪ੍ਰੋ ਪੰਜਾਬ ਟੀਵੀ